ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦੀ ਵੀਡੀਓ ਦੇ ਵਿੱਚ ਹਾਊਸ ਰੀਇਨਫੋਰਸਮੈਂਟ ਸਲੈਬ ਜਿਹੜੀ ਆ ਕੰਕਰੀਟ ਕਿਵੇਂ ਕੀਤੀ ਜਾਂਦੀ ਹੈ, ਇਸ ਵੀਡੀਓ ਦੇ ਵਿੱਚ ਸਾਰਾ ਪ੍ਰੋਸੈਸ ਦਿਖਾਇਆ ਜਾਵੇਗਾ। 40x25 ਦਾ ਏਰੀਆ ਵਾ, ਸਾਰੀ ਸਲੈਬ ਜਿਹੜੀ ਆ ਕੰਕਰੀਟ ਕਿਵੇਂ ਹੁੰਦੀ ਆ, ਆਪਣੇ ਵਰਕਰ ਤੁਹਾਨੂੰ ਸਾਰਾ ਪ੍ਰੋਸੈਸ ਕਰਕੇ ਦਿਖਾ ਲੈਣਗੇ, ਠੀਕ ਹੈ ਜੀ। 6 ਇੰਚ ਮੋਟਾਈ ਦੇ ਵਿੱਚ ਸਲੈਬ ਜਿਹੜੀ ਉਹ ਭਰੀ ਜਾਏਗੀ, 6 ਇੰਚ ਮੋਟਾਈ ਰੱਖੀ ਜਾਏਗੀ ਸਲੈਬ ਦੀ, ਅਤੇ ਨਾਲ ਹੀ ਜਿਹੜਾ ਸਟੀਲ ਵੈਸ ਦਾ ਪ੍ਰੋਪਰ ਸਾਰਾ ਬਚ ਚੁੱਕਾ ਵਾ, ਜਾਲ 16 mm ਦਾ ਸਰੀਆ ਜਿਹੜਾ ਯੂਜ਼ ਕੀਤਾ ਗਿਆ ਵਾ, ਠੀਕ ਹੈ ਜੀ। ਸੋ ਬਹੁਤ ਹੀ ਵਧੀਆ ਜੁਆਇੰਟ ਕੀਤਾ ਗਿਆ ਵਾ, ਕਰੰਕ ਮਾਰ ਕੇ ਸਾਰਾ ਜਾਲ ਜਿਹੜਾ ਉਹ ਬੰਨਿਆ ਗਿਆ ਸਾਰਾ, ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਸੋ ਸਾਰਾ ਵੀਡੀਓ ਦੇ ਵਿੱਚ ਪ੍ਰੋਸੈਸ ਵਰਕਰ ਕਰਨਗੇ ਕਿਵੇਂ ਜਿਹੜੀ ਉਹ ਸਲੈਬ ਭਰੀ ਜਾਂਦੀ ਹੈ ਇੱਕ ਲਿਫਟ ਮਸ਼ੀਨ ਰਾਹੀਂ, ਠੀਕ ਹੈ ਜੀ। ਲਿਫਟ ਮਸ਼ੀਨ ਰਾਹੀਂ ਸਾਰੀ ਸਲੈਬ ਜਿਹੜੀ ਆ ਉਹ ਭਰਨਗੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਸੋ ਬਣੇ ਰਹੋ ਵੀਡੀਓ ਦੇ ਲਾਸਟ ਤੱਕ, ਚੈਨਲ ਵੀ ਸਬਸਕ੍ਰਾਈਬ ਕਰਿਓ, ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਵੀਡੀਓ। ਸੋ ਜਿਹੜੇ ਇਲੈਕਟ੍ਰੋਨਿਕ ਪਾਈਪ ਹੁੰਦੇ ਆ, ਸਾਰੇ ਇਲੈਕਟ੍ਰੀਸ਼ਨ ਵਾਲੇ ਪਾਈਪ, ਉਹ ਵੀ ਸਾਰੇ ਜਿਹੜੇ ਉਹ ਪਾ ਦਿੱਤੇ ਗਏ ਨੇ ਸਲੈਬ ਦੇ ਅੰਦਰ, ਦੇਖ ਸਕਦੇ ਹੋ ਤੁਸੀਂ ਵੀਡੀਓ 'ਚ। ਅਤੇ ਆਓ ਦੇਖਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਲਿਫਟ ਮਸ਼ੀਨ ਰਾਹੀਂ ਕਿਵੇਂ ਜਿਹੜੀ ਉਹ ਸਲੈਬ ਭਰੀ ਜਾਂਦੀ ਹੈ। ਓਕੇ, ਥੈਂਕ ਯੂ ਸੋ ਮਚ।